ਬਹੁਤੇ ਵੀਰਾਂ ਭੈਣਾਂ ਭਰਾਵਾਂ ਦੀ ਸੋਚ ਹੁੰਦੀ ਆ ਬੀਬੀਆਂ ਦੀ ਵੀ ਵੀ ਗੁਰਬਾਣੀ ਪੜ੍ਹਦੇ ਆ ਪਰ ਸਾਡੇ ਦੁੱਖ ਨਹੀਂ ਮਿਟਦੇ ਪਰ ਇੱਕ ਗੱਲ ਮਨ 'ਚ ਵਸਾ ਕੇ ਚੱਲਿਓ ਵੀ ਗੁਰਬਾਣੀ ਕਦੇ ਵੀ ਸਾਡੇ ਦੁੱਖ ਨਹੀਂ ਮਿਟਨੇ ਭਾਵੇਂ ਜਿੰਨੀ ਮਰਜ਼ੀ ਪੜ ਲਓ ਭਾਵੇਂ ਇੱਕ ਸੁਖਮਣੀ ਕਰ ਲਓ ਦਿਨ ਦਾ ਤੇ ਭਾਵੇਂ 50 ਕਰ ਲਓ ਗੁਰਬਾਣੀ ਜਿਹੜੀ ਆ ਦੁੱਖ ਹਰ ਇੱਕ ਬੰਦੇ ਦੇ ਜ਼ਿੰਦਗੀ 'ਚ ਆਉਂਦੇ ਆ ਇੱਕ ਬੰਦਾ ਰੱਟੇ ਮਾਰਦਾ ਗੁਰਬਾਣੀ ਦੇ ਤੇ ਇੱਕ ਜਣਾ ਉਹਨੂੰ ਸਮਝਦਾ ਵਾ ਜਿਹੜਾ ਸਮਝਦਾ ਉਹਨੇ ਦੁੱਖ ਹੱਸ ਕੇ ਯਾਰ ਲੈਣਾ ਜਿਹਨੇ ਰੱਟੇ ਮਾਰ ਰਹੇ ਨਾ ਉਹਨੇ ਗੁਰਬਾਣੀ ਪੜੀ ਜਾਣੀ ਐ ਪੜੀ ਜਾਣੀ ਗੁਰਬਾਣੀ ਪੜੀ ਜਾਣੀ ਫਿਰ ਉਹਨੇ ਆਖਣਾ ਹਮਰੇ ਦੁੱਖ ਨਹੀਂ ਮਿਟਦੇ ਮੈਂ ਫਲਾਣੇ ਦੇਰੇ ਤੇ ਜਾਣਾ ਮੈਂ ਫਲਾਣੀ ਮੜੀ ਤਾਂ ਮੱਥਾ ਟੇਕਦਾ ਮੈਂ ਫਲਾਣੇ ਪੀਰ ਕੋ ਜਾਣਾ ਸ਼ਾਇਦ ਉਹ ਸਿੱਧੇ ਦੁੱਖ ਮਿਟਾ ਦੇ ਪਰ ਇੱਕ ਗੱਲ ਮੰਨ ਕੇ ਚੱਲਿਓ ਕਿ ਜੇ ਅਸੀਂ ਕਿਸੇ ਰਾਹ ਤੇ ਜਾਂਦੇ ਨਾ ਉਹ ਰਾਹ ਤੇ ਖੱਡੇ ਵੀ ਚੱਲਣੇ ਪੈਣੇ ਸਾਨੂੰ ਮੋੜ ਵੀ ਕੋਈ ਚੀਜ਼ ਸਮੂਥ ਨਹੀਂ ਹੁੰਦੀ ਸਿੱਧੀ ਜ਼ਿੰਦਗੀ ਵੀ ਕਦੀ ਪੱਧਰੀ ਨਹੀਂ ਹੁੰਦੀ ਮੋੜ ਆਉਂਦੇ ਰਹਿੰਦੇ ਆ ਮੰਜ਼ਲਾਂ ਤੇ ਪੁੱਜਣ ਨੂੰ ਕਰਕੇ ਗੁਰਬਾਣੀ ਨੂੰ ਸਮਝ ਕੇ ਪੜ੍ਹਨਾ ਚਾਹੀਦਾ ਗੁਰਬਾਣੀ ਨੂੰ ਜੇ ਸਮਝ ਕੇ ਪੜ੍ਹਾਂਗੇ ਨਾ ਉਹ ਨਾਲ ਸਮਝਾਂਗੇ ਵੀ ਗੁਰਬਾਣੀ ਸਾਡੇ ਮਨ ਨੂੰ ਇੰਨਾ ਮਜ਼ਬੂਤ ਕਰ ਦੇਣਾ ਵਾ ਕਿ ਸਾਨੂੰ ਦੁੱਖ ਵੀ ਸੁੱਖਾਂ ਦੇ ਬਰਾਬਰ ਹੀ ਲੱਗਣੇ ਆ ਹੰ ਹੱਸ ਕੇ ਚੱਲਣੇ ਦੁੱਖ ਕਿਸੇ ਵੀ ਸੰਤ ਮਹਾਪੁਰਸ਼ ਦੀ ਬਾਣੀ ਪੜੋਗੇ ਨਾ ਕਦੇ ਉਹਦੇ ਜੀਵਨ ਵੀ ਪੜਿਓ ਉਹਨੇ ਵੀ ਜੀਵਨ ਚ ਬੜੇ ਦੁੱਖ ਭੋਗਿਆ ਸੁਖਮਣੀ ਸਾਰੇ ਸੁੱਖਾਂ ਦੀ ਮਣੀ ਮਿਖਦੇ ਆ ਪਰ ਗੁਰੂ ਅਰਜਨ ਦੇਵ ਸਾਹਿਬ ਰਚੇਤਾ ਉਹਨਾਂ ਨੇ ਲਿਖੀਆ ਉਹਨਾਂ ਨੇ ਉਚਾਰੀਆ ਤੇ ਉਹਨਾਂ ਦੀ ਜ਼ਿੰਦਗੀ ਚ ਕਿੰਨੇ ਦੁੱਖ ਆਏ ਉਹਨਾਂ ਹੱਸ ਕੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਸਾਨੂੰ ਸਿਰਫ ਰੱਟੇ ਮਾਰਨ ਵੱਲ ਧਿਆਨ ਦਿਵਾਇਆ ਜਾਂਦਾ ਵੀ ਗੁਰਬਾਣੀ ਦੇ ਰੱਟੇ ਮਾਰੋ ਪੁੱਤਰ 21 ਸੁਖਣੀ ਸਾਹਿਬ ਕਰ ਲਓ ਪੁੱਤਰ 31 ਸੁਖਣੀ ਸਾਹਿਬ ਕਰ ਲਓ ਪੁੱਤਰ 52 ਆਪ ਵਾਲੇ ਪਾਠ ਕਰ ਲਓ 52 ਕਰ ਲਓ 108 ਕਰ ਲਓ ਪਰ ਕੀ 108 ਕਰ ਲਏ ਸਾਨੂੰ ਸਮਝ ਲੱਗੀ ਵੀ ਉਹਦੇ ਵਿੱਚ ਕੀ ਲਿਖਿਆ ਮਰੇ ਗੁਰਮਖ ਪਿਆਰੇ ਕਥਾ ਕਰਦੇ ਆ ਬੜਾ ਵਧੀਆ ਸਮਝਾਉਂਦੇ ਸਮਝਣਾ ਚਾਹੀਦਾ ਵਾ ਸਾਨੂੰ ਆਪਣੇ ਬੱਚਿਆਂ ਨੂੰ ਵੀ ਸਮਝਾਉਣਾ ਚਾਹੀਦਾ ਪੁੱਤਰ ਜੇ ਸੁਖਣੀ ਸਾਹਿਬ ਇੱਕ ਕਰਨਾ ਭਾਵੇਂ ਕਸ਼ਟਪਦੀ ਕਰ ਭਾਵੇਂ ਕਸ਼ਟਪਦੀ ਦੇ ਵਿੱਚ ਇੱਕ ਸ਼ਲੋਕ ਆ ਅਠ ਪਦੇ ਅਠ ਪਦਿਆਂ ਚ ਦਾ ਦਾ ਪੰਕਤੀਆਂ ਦਾ ਅਰਥ ਵੀ ਸਮਝੀ ਗੁਰੂ ਵਰ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਜਦੋਂ ਪੜ੍ਹੀਏ ਨਾ ਉਹਦੇ ਵਿੱਚ ਇੱਕ ਪੰਕਤੀ ਆਉਂਦੀ ਹੈ ਸ਼ਲੋਕ ਆਉਂਦਾ ਇੱਕ ਸ਼ਲੋਕ ਮਹਾਲਾ ਨਾਮਾਂ ਦੇ ਸ਼ਲੋਕ ਪੜ੍ਹੀਏ ਕਹਿੰਦੇ ਚਿੰਤਾ ਤਾਂ ਕੀ ਕੀਜੀਏ ਜੋ ਅਣਹੋਣੀ ਹੋਏ ਭੀ ਉਹ ਚੀਜ਼ ਦੀ ਚਿੰਤਾ ਕਰਨੀ ਚਾਹੀਦੀ ਹੈ ਜਿਹੜੀ ਅਣਹੋਣੀ ਹੁੰਦੀ ਹੈ ਤੇ ਅਣਹੋਣੀ ਕੀ ਅਸੀਂ ਮਰਦੇ ਸੰਸਾਰ ਚ ਕਹਿੰਦਾ ਮਾਂ ਪਿਓ ਮਰ ਗਿਆ ਉਹ ਨਾ ਹੋਣੀ ਆ ਕਿ ਦਾਤੀ ਪੁੱਤ ਮਰ ਗਿਆ ਜਮਾਨ ਮਰ ਚੋਣ ਹੋਣੀ ਆ ਪਰ ਦੂਸਰੀਆਂ ਪੰਕਤੀਆਂ ਪੜੀ ਗਏ ਨੇ ਤੇ ਉਹ ਸਮਝਾਉਣੇ ਕਰਦੇ ਆ ਇਹ ਮਾਰਗ ਸੰਸਾਰ ਕੋ ਨਾਨਕ ਥਿਰ ਨਹੀਂ ਕੋਏ ਪੀਤ ਮਾਰਗ ਕਹਨੇ ਰਹਿਣਾ ਨਹੀਂ ਆ ਜੇ ਪੁੱਤ ਦਾ ਟਾਈਮ ਪਹਿਲਾਂ ਤੋਂ ਚਲ ਗਿਆ ਮਾਂ ਦਾ ਪਹਿਲਾਂ ਚਲ ਗਈ ਆ ਚਲੋ ਗੱਲਾਂ ਕਹਿ ਦੇਣੀਆਂ ਬੜੀਆਂ ਸੌਖੀਆਂ ਪਰ ਮੰਨ ਲੈਣੀਆਂ ਬੜੀਆਂ ਔਖੀਆਂ ਇਹ ਵੀ ਗੱਲ ਦੂਸਰੀ ਮੰਨਣਯੋਗ ਬਿਰਤੀ ਬਣਾਉਣੀ ਬੜੀ ਔਖੀ ਆ ਪਰ ਗੁਰਬਾਣੀ ਨੂੰ ਜਿੱਤਨੇ ਸਮਝ ਕੇ ਪੜਾਂਗੇ ਨਾ ਗੁਰਬਾਣੀ ਨੇ ਸਾਨੂੰ ਮਨ ਦੀ ਮਜ਼ਬੂਤੀ ਦੇਣੀ ਹੈ ਮਨ ਦੇ ਪੱਖੋਂ ਸਾਨੂੰ ਇੰਨਾ ਕੁ ਮਜ਼ਬੂਤ ਕਰ ਦੇਣਾ ਨਾ ਗੁਰਬਾਣੀ ਨੇ ਕਿ ਸਾਨੂੰ ਕੱਲ ਨੂੰ ਕੋਈ ਦੁੱਖ ਜੇ ਦੁੱਖ ਆਊਗਾ ਵੀ ਜ਼ਿੰਦਗੀ 'ਚ ਹੀ ਹੱਸ ਕੇ ਜਰ ਲੈਣਾ ਵਾ ਜਿਹੜੀ ਸਾਡੀ ਸ਼ਰਧਾ ਸਾਡਾ ਭਰੋਸਾ ਬਾਨਣਾ ਨਾ ਗੁਰੂ ਤੇ ਗੁਰਬਾਣੀ ਪੜ ਕੇ ਬਾਨਣਾ ਵਾ ਤੇ ਉਹਨੂੰ ਸਮਝ ਕੇ ਬਾਨਣਾ ਵਾ ਰਟੇ ਮਾਰ ਕੇ ਨਹੀਂ ਵੀ ਕਰਨ ਨੂੰ 20-20 ਮਿੰਟਾਂ ਸੁਣੇ ਸਾਹਿਬ ਕਰ ਦਿੰਦੇ ਭਰ ਜ਼ਿੰਦਗੀ 'ਚ ਰੋਂਦੇ ਵੀ ਬੜੇ ਆ ਸਾਡਾ ਆਪਣਾ ਇਹ ਹਾਲ ਰਹਿੰਦਾ ਰਿਹਾ ਦੁੱਖ ਹੁਣਾ ਰੱਬ ਨੂੰ ਕੋਸਣਾ ਫਿਰ ਇਹੋ ਜਿਹੜੇ ਹੁੰਦੇ ਆ ਜਿਹਨਾਂ ਗੁਰਬਾਣੀ ਪੜ੍ਹੀ ਨੂੰ ਰੱਟੇ ਮਾਰੇ ਹੁੰਦੇ ਆ ਪਹਿਲਾਂ ਤੇ ਜਾਂਦੇ ਗੁਰੂ ਘਰ ਜਦੋਂ ਦੁੱਖ ਨਹੀਂ ਮਿਟਦਾ ਜ਼ਿੰਦਗੀ 'ਚ ਫਿਰ ਮੜੀਆਂ ਮਸਾਣਾ ਤੇ ਪੀੜਾ ਪੰਗੰਬਰਾਂ ਦੇ ਮੱਥੇ ਟੇਕਦੇ ਆ ਫਿਖਰੇ ਸਮੂਥ ਰਹੇ ਜਿੰਦਗੀ ਪਰ ਜੇ ਇੱਕ ਸੜਕ ਤੇ ਚੱਲਣ ਦੇ ਅੱਗੇ ਵੀ ਕਿਹਾ ਵਾ ਤੇ ਉਹਦੇ ਖੱਡੇ ਵੀ ਉਹਦੇ ਮੋੜ ਵੀ ਸਵਕਾਰ ਕਰਨੇ ਪੈਣੇ ਆ ਮੰਜ਼ਲਾਂ ਤੇ ਪੁੱਜਣ ਵਾਸਤੇ ਸਾਡੇ ਬਜ਼ੁਰਗ ਕਹਿ ਦਿੰਦੇ ਹਨ ਪੜ੍ਹਤਾ ਜਿਹਨੂੰ ਕਹਿ ਦਿੰਦੇ ਆ ਬਜ਼ੁਰਗਾਂ ਦੀ ਸੋਚ ਦੱਸਾਂ ਕਿ ਹੁੰਦੀ ਆ ਵੀ ਸਾਨੂੰ ਇੱਕ ਸਾਬ ਮੁਕਤੀ ਉਹਨਾਂ ਦੇ ਅੱਖਰਾਂ ਚ ਕੀ ਆ ਕਿ ਬਾਬਾ ਜੀ ਨੇ ਆਉਣਾ ਵਾ ਕੋਈ ਸਾਧ ਨੇ ਆਉਣਾ ਵਾ ਸਾਨੂੰ ਇੱਕ ਲੱਡੂ ਦੇਖ ਜਾਣਾ ਇੱਕ ਸੇਵ ਆਖਣਾ ਮਾਤਾ ਅੱਜ ਤੋਂ ਬਾਅਦ ਤੂੰ ਮਰੂਗੀ ਨਹੀਂ ਇੰਨੀ ਗੁਰਬਾਣੀ ਪੜ੍ਹਦਿਆਂ ਨੂੰ ਸ਼ਬਦ ਪੜ੍ਹਦਿਆਂ ਹੋ ਗਈ ਹੁੰਦੀ ਉਮਰ ਪਰ ਅੱਜ ਵੀ ਉਹਨਾਂ ਦੀ ਇਹੋ ਸੋਚ ਹੁੰਦੀ ਵੀ ਮਰੀਏ ਨਾ ਸਦਾ ਬਾਸ ਤੇ ਜਿੰਦੇ ਰਹੀਏ ਮੁਕਤੀ ਉਹਨਾਂ ਵਾ ਤੇ ਅਮਰ ਹੋ ਜਾਣਾ ਹੁੰਦੀ ਆ ਪਰ ਮੁਕਤੀ ਅਮਰਤਾ ਨਹੀਂ ਹੁੰਦੀ અમર ਹੋ ਜਾਣਾ ਨਹੀਂ આયે જી ਜਿਹੜਾ ਇੱਕ દેਹ ਆਈ ਐ ਸੰਸਾਰ ਤੇ ਮਰਨ ਲਿਖਾਏ ਮੰਡਲ ਮੈਂ ਆਏ ਜੇ ਮੰਡਲ ਦੇ ਉੱਤੇ ਆਏ ਆ ਤੇ ਮਰਨਾ ਲਿਖਾ ਕੇ ਫਿਰ ਹੀ ਆਏ ਆ ਤੇ ਮਰਨਾ ਹਰੇਕ ਨੇ ਆ ਤੇ ਜੇ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਪੜ੍ਹੀਏ ਨਾ 1430 ਅੰਗ ਗੁਰਬਾਣੀ ਦੇ ਸਾਨੂੰ ਜੀਵਨ ਬਾਰੇ ਸਮਝਾਉਣਾ ਕਰਦੇ ਆ ਕਿਸਨਾ ਮਾੜਾ ਨਹੀਂ ਕਰਨਾ ਸਾਨੂੰ ਸਮਝਾਉਣਾ ਕਰਦੇ ਆ ਗੁਰੂ ਤੇਗ ਬਹਾਦਰ ਸਾਹਿਬ ਦੇ ਸ਼ਲੋਕ ਕਹਿੰਦੇ ਆ ਕਿ ਹਰਖ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਜਿਹਨੂੰ ਨਾ ਬਹੁਤੀ ਖੁਸ਼ੀ ਆ ਨਾ ਬਹੁਤੀ ਗਮ ਰੰਗ ਅਸੇ ਰੰਗ ਰੋਵੇ ਚੁੱਪ ਵੀ ਕਰ ਜਾਏ ਪ੍ਰਵਾਹ ਨੇ ਕਿਸੇ ਕਰੀ ਬਸ ਬਿਨਾਂ ਕਿਹਨੂੰ ਬਹੁਤਾ ਦੁੱਖ ਦੁੱਖ ਵਾਜੇ ਕੋਈ ਪਰਿਵਾਰ ਚ ਮਰ ਗਿਆ ਵਾ ਦੁੱਖ ਵੀ ਨਹੀਂ ਆ ਤੇ ਜੇ ਪਰਿਵਾਰ ਚ ਜੰਮ ਗਿਆ ਵਾ ਤਾਂ ਫਿਰ ਬਹੁਤੀ ਖੁਸ਼ੀ ਵੀ ਨਹੀਂ ਬੈਰੀ ਮੀਤ ਸਮਾਨ ਵੀ ਜਿਹੜਾ ਫੜਾ ਵੈਰੀ ਆ ਮਿੱਤਰੋਂ ਨ ਇੱਕੋ ਜਿਹਾ ਵਿਆਰ ਕਿਸ ਨਾ ਵੈਰ ਨਹੀਂ ਸਭ ਕੋ ਉਮੀਦ ਹਮ ਆਪਣਨ ਕੀ ਨੂੰ ਹਮ ਸਬਣਾ ਕੇ ਸਾਜਣ ਪ੍ਰਵਰਤਿਆਂ ਦੇ ਸਹਬਾ ਨੇ ਇਹ ਕਹਿੰਦੇ ਹਰਖ ਸੋਗ ਜਾਂ ਕਹਿ ਨਹੀਂ ਬੈਰੀ ਮੀਤ ਸਮਾਨ ਕਹ ਨਾਨਕ ਸੁਨ ਰੇ ਮਨਾ ਮੁਕਤ ਤਾਹਿ ਤਾ ਜਾਨ ਉਹੋ ਇਨਸਾਨ ਮੁਕਤਾ ਮੁਕਤੀ ਬਿਰਤੀ ਹੈ ਜਦੋਂ ਦਿਮਾਗ ਦੀ ਬਣ ਗਈ ਉਸਤ ਤ ਨਿੰਦਿਆ ਨਾਹੇ ਜੇ ਕੰਚਨ ਲੋਹ ਸਮਾਨ ਨਾ ਆਪਣੀ ਬੋਧੀ ਗੁਸਤਤ ਕੀਤੀ ਕਿਸੇ ਨੇ ਤੇ ਬਹੁਤਾ ਉੱਚਲ ਨਾਣੀ ਤੇ ਕਹਿੰਦੇ ਨਿੰਦਿਆ ਕਰਤੀ ਤੇ ਬਹੁਤਾ ਰੋਣਾ ਨਹੀਂ ਨਾ ਬੇਗਾਨੀ ਨਿੰਦਿਆ ਕਰਨੀ ਕੰਚਨ ਲੋ ਸਾਮਾਨ ਵੀ ਜਿਹੜਾ ਸੋਨਾ ਲੋਹੇ ਵਰਗਾ ਕੋਈ ਮੂਹ ਨਹੀਂ ਹੰਡੂ ਤੇ ਥੱਲੇ ਛਾਪ ਲਾਭ ਜੇ ਦੋ ਜਾਣੇ ਵੇਚ ਲਾਂ ਤਾਂ ਲੜ ਲੜ ਮਰ ਜਾਂਦੇ ਪੈਸੇ ਇਹਦਾ ਹਜ਼ਾਰ ਬਦਲੇ ਲੜ ਲੜ ਮਰ ਜਾਂਦੇ ਇਹ ਗੱਲਾਂ ਕਹਿਣੀਆਂ ਸੌਖੀਆਂ ਪਰ ਬਿਰਤੀ ਬਣਾਉਣੀ ਪੜੀ ਔਖੀ ਆ ਉਸਤਤ ਨਿੰਦਿਆ ਨਾਏ ਜੇ ਕੰਚਨ ਲੋ ਸਾਮਾਨ ਕੋ ਨਾਨਕ ਸਮਰੇ ਮਨਾ ਮੁਕਤ ਤਹ ਤ ਜਾਣ ਉਹ ਇਨਸਾਨ ਮੁਕਤਾ ਜਿਹੜੀ ਇਦਾਂ ਦੀ ਬਿਰਤੀ ਬਣ ਗਈ ਗੁਰਬਾਣੀ ਹੀ ਪੜ ਕੇ ਸਮਝਣੀ ਹੀ ਜਿੰਨਾਂ ਨੇ ਰੱਟੇ ਮਾਰਨਾ ਤੇ ਮੰਤਰ ਸਮਝ ਕੇ ਬੈਗੇ ਦੁਨੀਆ ਦਾ ਬੜਾ ਉੱਚਾ ਤੇ ਸੁੱਚਾ ਗਿਆਨ ਦਸ ਪਾਤਸ਼ਾਹ ਸਾਨੂੰ ਦੇ ਕੇ ਗਏ ਆ। ਬਸ ਗੱਲ ਇਹ ਆਂ ਕਿ ਪੁਜਾਰੀਵਾਦ ਦੇ ਮਗਰ ਲਾ ਕੇ ਬਿੰਨੂ ਪੜ ਕੇ ਨਹੀਂ ਵਿਚਾਰਿਆ ਆਪ। ਚਾਹੇ ਕੋਈ ਨਾ ਵਾ ਚਾਹੇ ਕੋਈ ਸਹਿਜ ਤਾਰੇ ਅਮਰ ਤਾਰੇ ਆ। ਚਾਹੇ ਕੋਈ ਮੀਟ ਖਾਂਦਾ ਵਾ ਇਸ਼ਨਾਨ ਕਰਕੇ ਉਹਨੂੰ ਵੀ ਬਾਣੀ ਪੜਨੀ ਚਾਹੀਦੀ ਆ ਕਿਉਂਕਿ ਜੇ ਪੜਾਂਗੇ ਤੇ ਸੁਧਰਾਂਗੇ ਗੁਰੂ ਨਾਨਕ ਸਾਹਿਬ ਹਣਾ ਕਉਡੇ ਦੇ ਰਾਖਸ਼ ਵਰਗਿਆਂ ਨੂੰ ਸਰਜਣ ਠੱਗ ਵਰਗੇ ਠੱਗਾਂ ਨੂੰ ਬਾਣੀ ਸੁਣਾਈ ਤੇ ਉਹਨਾਂ ਦੇ ਵਿੱਚ ਉਧਾਰ ਹੋ ਗਿਆ ਹਰ ਇੱਕ ਬੰਦੇ ਨੂੰ ਹਰ ਇੱਕ ਸਿੱਖ ਸਿੱਖ ਛੱਡੋ ਹਰ ਇੱਕ ਇਨਸਾਨ ਜਿਹੜਾ ਉਹਨਾਂ ਕੋਈ ਧਰਮ ਦਾ ਵਾ ਉਹਨੂੰ ਗੁਰਬਾਣੀ ਪੜ ਕੇ ਸਮਝਣੀ ਜ਼ਰੂਰ ਚਾਹੀਦੀ ਕਿਉਂਕਿ ਬੜਾ ਉੱਚਾ ਤੇ ਸੁੱਚਾ ਗਿਆਨ ਆ ਇਹ ਸਮਝਣ ਦੀ ਚੀਜ਼ ਹੈ ਅਹੀਂ ਬੜੀਆਂ ਧਾਰਨਾਵਾਂ ਦੇ ਦਿੰਨੇ ਆ ਨਾ ਕਿ ਵੀ ਜਿੰਨੀ ਕਿਸ ਨੂੰ ਭੁੱਖਾ ਓਨੀ ਕਿਸ ਨੇ ਹਨਾ ਰੋਟੀ ਖਾਣੀ ਆ ਕਈ ਆਪਣੀਆਂ ਗੱਲਾਂ ਸਾਬਤ ਕਰਨ ਬਦਲੇ ਅਹੀਂ ਧਾਰਨਾ ਦੇਈ ਜਾਂਦੇ ਆ ਕਈ ਆਧਾਰਨ ਦੇ ਦਿੰਦੇ ਆ ਵੀ ਸਾਨੂੰ ਦਵਾਈ ਦਾ ਪਤਾ ਹੀ ਨਹੀਂ ਹੁੰਦਾ ਪਰ ਫਿਰ ਵੀ ਖਾਣੇ ਠੀਕ ਹੋ ਜਾਂਦੇ ਆ ਇਹ ਧਾਰਨਾ ਸਿਰਫ ਆਪਣੀਆਂ ਗੱਲਾਂ ਨੂੰ ਸਾਬਤ ਕਰਨ ਵਾਸਤੇ ਹੋ ਜਾਂਦੀਆਂ ਵਾ ਵੀ ਅਹੀਂ ਇਹ ਨਹੀਂ ਅਹੀਂ ਮੰਨਣਾ ਵੀ ਅਹੀਂ ਝੂਠ ਮਾਰਨ ਦੇ ਆ ਵੀ ਧਾਰਨਾ ਹੀ ਉਹੋ ਜੀ ਦੇਣੀ ਆ ਉਧਾਰ ਨਾਲ ਲੱਭ ਕੇ ਜਿੱਦਾਂ ਦੀ ਮਰਜ਼ੀ ਦੋ ਵੱਧ ਤੋਂ ਵੱਧ ਗੁਰਬਾਣੀ ਹੈ ਨਾ ਸੰਤਾਂ ਦੇ ਫਿਰ ਉਹਦਾਰਾਂ ਲੈਨੇ ਜਿਹੜੇ 131 ਪਾਠ ਕਰਦੇ ਨੇ ਜੇ ਕੋਈ ਬਾਬਾ ਜਰਨੈਲ ਸਾਹਿਬ ਦੀ ਉਦਾਹਰਣ ਲੈਨੇ ਨਾ ਤੇ ਉਹਨਾਂ ਨੂੰ ਕਥਾ ਵੀ ਆਉਂਦੀ ਸੀ ਉਹਨਾਂ ਨੂੰ ਅਰਥ ਵੀ ਪਤਾ ਸੀ ਜਦੋਂ ਤੁਹਾਨੂੰ ਅਰਥ ਆ ਜਾਣਗੇ ਭਾਵੇਂ 108 ਕਰਿਓ ਭਾਵੇਂ 1000 ਕਰਿਓ ਪਰ ਇਹ ਜ਼ਰੂਰ ਨਾਲ ਤੁਹਾਨੂੰ ਵੀ ਪਤਾ ਹੋਣਾ ਚਾਹੀਦਾ ਵਾ ਕਿਹਨੇ 50 ਸਾਲ ਮਿਹਨਤ ਕੀਤੀ ਆ ਤੇਹੀਂ ਅੱਜ ਸ਼ੁਰੂ ਹੋਏ ਆ ਅਸੀਂ ਉਹਦੇ ਨਾਲ ਆਪਣਾ ਕੰਪੈਰੀਅਨ ਨਹੀਂ ਕਰ ਸਕਦੇ ਉਹ ਸੰਤਾਂ ਉਹਨਾਂ ਨੂੰ ਅਰਥ ਵੀ ਪਤਾ ਹੈ ਗੁਰਬਾਣੀ ਦੇ ਫੇਰ ਉਹ ਪੜਦੇ ਹੀ ਤੇ ਉਹਨਾਂ ਨੂੰ ਜਿਹੜੀ ਪੰਕਤੀ ਪੜਦੇ ਉਹਨਾਂ ਨੂੰ ਸਮਝ ਆਉਂਦੀ ਹੋਊਗੀ ਜਮਾਨੇ ਕੇ ਤਲੀ ਉਹ ਨਾ ਪੜਦੇ ਹੀ ਤੇ ਉਹਨੂੰ ਸਮਝ ਆਉਂਦੀ ਹੋਊਗੀ ਸਾਨੂੰ ਕੀ ਸਮਝ ਆਉਂਦੀ ਸਿਰਫ ਾਡਾ ਰੱਟਿਆਂ ਤੋਂ ਸਵਾ ਕੋ ਨਹੀਂ ਤੇ ਜਦੋਂ ਫਿਰ ਕੋਈ ਬਜ਼ੁਰਗ ਨੂੰ ਪੁੱਛ ਲੈਣ ਅਰਥ ਕੀ ਆ ਸਰਬੱਤ ਦਾ ਭਲਾ ਕਰੀ ਅਰਥ ਉਹਨਾਂ ਨੂੰ ਕੁਝ ਨਹੀਂ ਪਤਾ ਹੁੰਦੇ ਆਪ ਉਹਨਾਂ ਨੇ ਮੜੀਆਂ ਮਸਾਣਾ ਤੇ ਮੱਥੇ ਟੇਕਣੇ ਹੁੰਦੇ ਆ ਕਿਉਂਕਿ ਬਜ਼ੁਰਗਾਂ ਨੂੰ ਆਪ ਉਸ ਹਾਵਣਾ ਗਾਈਡ ਕੀਤੇ ਗਿਆ ਸਾਨੂੰ ਵੀ ਗਾੜੀ ਉਸ ਹਾਵਣਾ ਕਰਦੇ ਆ ਹਰ ਹੀ ਹਰ ਬੱਚਾ ਅੱਜ ਕੱਲ ਪੜਿਆ ਲਿਖਿਆ ਹਰ ਕਿਸੇ ਦੇ ਹੱਥ ਚ ਮੋਬਾਈਲ ਆ ਤੁਹਾਨੂੰ ਪੀਡੀਐਫ ਮਿਲ ਸਕਦੇ ਨੇ ਣਟ ਤੋਂ ਡਾਊਨਲੋਡ ਕਰੋ ਗੁਰਬਾਣੀ ਨਾਲ ਸੰਬੰਧਿਤ ਗੁਰਬਾਣੀ ਅਰਥਾਂ ਨਾਲ ਸੰਬੰਧਿਤ ਐਪਾਂ ਮਿਲ ਜਾਂਦੀਆਂ ਵਾ ਹਰ ਕਿਸੇ ਨੂੰ ਗੁਰਬਾਣੀ ਪੜ੍ਹਨੀ ਚਾਹੀਦੀ ਆ ਜੇ ਕੋਈ ਕਥਾਵਾਜ ਕਥਾ ਕਰਨ ਦੇ ਸਾਨੂੰ ਪਤਾ ਹੋਣਾ ਚਾਹੀਦਾ ਗਲਤ ਕਰਨ ਦੇ ਕਿ ਸਹੀ ਕਰਨ ਦੇ ਹਰ ਕਥਾਵਾਜ ਸਹੀ ਨਹੀਂ ਹੁੰਦਾ ਦੇਖੋ ਸੰਤ ਸੇ ਮਸਕੀਨ ਗਿਆਨੀ ਪੰਦਰਪਾਲ ਬਣਿਆ ਤੇ ਉਹ ਕਿਤਾਬਾਂ ਪੜ ਕੇ ਬਣਿਆ ਕੋਈ ਇਲਹਾਮ ਨਹੀਂ ਹੋਇਆ ਉਤੋਂ ਵੀ ਉਹਨੂੰ ਉਤੋਂ ਵਾਲਾ ਆਮ ਹੋ ਗਿਆ ਤੇ ਹਾਂਜੀ ਜੀ ਨੂੰ ਗਿਆਨ ਹੋ ਗਿਆ ਤੇ ਇਹ ਆਇਆ ਨਾ ਉਹ ਵੀ ਤੁਹਾਡੇ ਵਾਂਗ ਇਨਸਾਨ ਆ ਉਹਨੇ ਪੜੀਆਂ ਕਿਤਾਬਾਂ ਤੇ ਹਰ ਬੱਚੇ ਨੂੰ ਪੜ੍ਹਨੇ ਚਾਹੀਦੀਆਂ ਸਾਡਾ 10 ਮਿੰਟ ਕੱਢ ਕੇ ਨਾ ਤੇ ਰੋਜ਼ ਦੀ ਇੱਕ ਜਪਜੀ ਸਾਹਿਬ ਦੀ ਇੱਕ ਪਉੜੀ ਦਾ ਅਰਥ ਹੀ ਭਾਵੇਂ ਪੜ੍ਹ ਲੋਣਾ ਜ਼ਰੂਰ ਪੜ੍ਹਨੇ ਚਾਹੀਦੇ ਗੁਰਬਾਣੀ ਵੱਲ ਹਰ ਬੱਚੇ ਨੂੰ ਧਿਆਨ ਦੇਣਾ ਚਾਹੀਦਾ ਉਹ ਨਹੀਂ ਤੇ ਇੱਕ ਦਿਨ ਵਿਸਰਦੀ ਵਿਸਰਦੀ ਵਿਸਰ ਜਾਣੀ ਹੈ ਸਿਰਪੇ ਇਹੋ ਨਹੀਂ ਚ ਰੱਖਣਾ ਚਾਹੀਦਾ ਵੀ ਸਾਨੂੰ ਇੰਨੀਆਂ ਬਾਣੀਆਂ ਪੜ੍ਹਦੇ ਤੇ ਇੰਨੀਆਂ ਜਬਾਨੀਆਂ ਆਉਂਦੀਆਂ ਉਹ ਜੇ ਆਉਂਦੀਆਂ ਤੇ ਉਹਦੇ ਅਰਥ ਵੀ ਨਾਲ ਲਾਉਣੇ ਚਾਹੀਦੇ ਵੀ ਕੀ ਕਹਿੰਦੀ ਆ ਗੁਰਬਾਣੀ ਤੁਹਾਨੂੰ ਸਮਝਾਉਣਾ ਕੀ ਕਰਨ ਦੀ ਆ ਨੂੰ ਜੀਵਨ ਚ ਟਾਲ ਲੈਣਾ ਚਾਹੀਦਾ ਗੁਰਬਾਣੀ ਸਾਡੀ ਮੰਨ ਦੀ ਮਜ਼ਬੂਤੀ ਦਿੰਦੀ ਆ ਸਭ ਤੋਂ ਵੱਧ ਮਜ਼ਬੂਤੀ ਸਾਨੂੰ ਮੰਨ ਦੀ ਗੁਰਬਾਣੀ ਦਿੰਦੀ ਆ ਕਰਕੇ ਗੁਰਬਾਣੀ ਪੜ੍ਹੋ ਜ਼ਰੂਰ ਪੜੋ ਉਹਨੂੰ ਨਾਲ ਅਰਥ ਵੀ ਸਮਝੋ ਕਿ ਗੁਰਬਾਣੀ ਕਹਿਣ ਕਿ ਡਈਆ ਕਿਸੇ ਦੇ ਮਗਰ ਲੱਗਨ ਨਾਲ ਉਹਨਾ ਪਾਪ ਪੜ ਲੈਣੇ ਚਾਹੀਦੇ ਕਿਉਂਕਿ ਹਰ ਬੱਚਾ ਅੱਜ ਕੱਲ ਪੰਜਾਬੀ ਤੇ ਆਉਂਦੀ ਹੁੰਦੀ ਹੈ ਹਰ ਕਿਸੇ ਨੂੰ ਨਹੀਂ ਤੇ ਜੇ ਅਸੀਂ ਆਈਲਰਟਸ ਕਰ ਸਕਦੇ ਹਾਂ ਨਾ ਸਾਲ-ਸਾਲ 2-2 ਸਾਲ ਲਾ ਕੇ ਇੰਗਲਿਸ਼ ਬਗਾਨੀ ਭਾਸ਼ਾ ਸਿੱਖ ਸਕਦੇ ਹਾਂ ਸਿਰਫ ਸਾਨੂੰ ਪੜਨੀ ਸਿੱਖਣੀ ਆ ਅਰਥ ਤੇ ਅਸੀਂ ਬੋਲਦੇ ਪਤਾ ਹੁੰਦੇ ਆ ਸਾਨੂੰ ਘਟਘਟ 2 ਮਹੀਨੇ ਕਿਸੇ ਗ੍ਰੰ ਬੜੇ ਸਿੰਘ ਆ ਜਿਹੜੇ ਨੈਟ ਦੇ ਉੱਤੇ ਗੁਰਬਾਣੀ ਸਿਖਾਲ ਦਿੰਦੇ ਆ ਤੁਹਾਨੂੰ YouTube ਤੋਂ ਬੜਾ ਸਭ ਕੁਝ ਮਿਲ ਸਕਦਾ ਵਾ ਪੰਜਾਬੀ ਸਿੱਖੋ ਕਿ ਸਾਡੀ ਭਾਸ਼ਾ ਜਿੰਦੀ ਰਹੂਗੀ ਕਿਉਂਕਿ ਗੁਰਬਾਣੀ ਸਾਡੀ ਭਾਸ਼ਾ ਦੇ ਨਾਲ ਹੀ ਆ ਤੇ ਕਰਕੇ ਗੁਰਬਾਣੀ ਆਪ ਪੜੋ ਕਿਸੇ ਦੇ ਮਗਰ ਲੱਗਣ ਨਾਲੋਂ ਕਿਸੇ ਦੇ ਮਗਰ ਨਹੀਂ ਲੱਗਣਾ ਗੁਰਬਾਣੀ ਆਪ ਪੜਨੀ ਆ ਹਰ ਬੱਚੇ ਨੇ ਪੜਨੀ ਆ ਹਰ ਜਵਾਨ ਨੇ ਹਰ ਬਿਰਧ ਜਿੰਨ ਕੋਈ ਪੜੀ ਆਂਦੀ ਤੇ ਜਿੱਥੇ ਪੜਨੀ ਆ ਤੇ ਨਾਲ-ਨਾਲ ਸਮਝਣੀ ਵੀ ਆ ਗੁਰਨਾਨਕ ਨੂਹ ਮੰਨਣ ਵਾਲੇ ਤੇ ਬੜੇ ਦੁਨੀਆ ਦੇ ਉੱਤੇ ਮਿਲ ਜਾਂਦੇ ਗੁਰਨਾਨਕ ਸਾਹਿਬ ਹੋਣਾ ਦੀ ਮੰਨਣ ਵਾਲੇ ਬੜੇ ਘਾਟਾ ਗੁਰਨਾਨਕ ਸਾਹਿਬ ਹੋਣਾ ਦੀ ਮੰਨਣ ਵਾਲੇ ਤਾਂ ਹੋਣਗੇ ਜਾਂ ਗੁਰਬਾਣੀ ਪੜਾਂਗੇ ਵਿਚਾਰਾਂਗੇ ਜੇ ਦੋ ਹੀ ਸਿੱਖ ਬੈਠੇ ਦੋ ਬੱਚੇ ਬੈਠੇ ਆ ਜਿੱਥੇ ਅਸੀਂ ਗਾਇਕਾਂ ਦੀਆਂ ਗੱਲਾਂ ਕਰਦੇ ਹਣਾ ਫਲਾਣੇ ਦਾ ਜਨਮ ਹੋਦੋਂ ਆ ਸਾਨੂੰ ਗੁਰਬਾਣੀ ਦੀ ਗੱਲ ਵੀ ਕਰਨੀ ਚਾਹੀਦੀ ਜਾਂ ਤੇ ਗੁਰਬਾਣੀ ਦੀ ਗੱਲ ਫੇਰ ਕਰਾਂਗੇ ਜੇ ਸਾਨੂੰ ਕੋਈ ਸਮਝਾਊਗੀ ਕਰਕੇ ਹਰ ਬੱਚੇ ਨੂੰ ਚਾਹੀਦਾ ਉਹ ਰੋਜ਼ ਦੀ ਇੱਕ ਪੌੜੀ ਗ੍ਰੰਥ ਸਾਹਿਬ ਸਹਿਜ ਪਾਠ ਸ਼ੁਰੂ ਕਰੋ ਸ਼ੁਰੂ ਸ਼ੁਰੂ ਤੇ ਕੋਈ ਸਮਝਾਉਣਾ ਹੁਣ ਭਾਵੇਂ ਇਦਾਂ ਹੀ ਸ਼ੁਰੂ ਕਰ ਲਓ ਵੀ ਥੋੜੇ ਥੋੜੇ ਠਹਰਾਣਾ ਪੜੋ ਇੱਕ ਅੰਗ ਦੇ ਵਿੱਚੋਂ ਇੱਕ ਪੰਕਤੀ ਦੀ ਜ਼ਰੂਰ ਸਮਝਾਉਗੇ ਇਹ ਕਰਕੇ ਨੇਤ ਨੇਤ ਪੜਾਇਆ ਕਰੋ ਨਾਲ ਦੇ ਨਾਲ ਪੀਡੀਐਫ ਪੜੋ ਕੋਈ ਮਤਲਬ ਕਿ ਟੀਕਾ ਤੁਹਾਨੂੰ ਜੇ ਕਿ ਕੋ ਹੈ ਨਹੀਂ ਹੈ ਤਾਂ ਮੇਰੇ ਨਾਲ ਕੰਟੈਕਟ ਕਰ ਲਿਓ ਮੇਰੇ ਵਟਸਐਪ ਨੰਬਰ ਤੇ ਮੈਂ ਤੁਹਾਨੂੰ ਪੀਡੀਐਫ ਸੈਂਡ ਕਰ ਦੂੰਗਾ ਹੋਰ ਬੜੇ ਗੁਰਮੁਖ ਪਿਆਰੇ ਵੀਰ ਆ ਜਿਹੜੇ ਕਥਾ ਸੁਣਾਉਂਦੇ ਆ ਉਹਨਾਂ ਕੋ ਸਿੱਖੋ ਗੁਰਬਾਣੀ ਜ਼ਰੂਰ ਸਿੱਖੋ ਹਰ ਕਿਸੇ ਨੂੰ ਪੜ੍ਹਨੀ ਚਾਹੀਦੀ ਆ ਗੁਰਬਾਣੀ ਮਨ ਦੀ ਮਜ਼ਬੂਤੀ ਦਿੰਦੀ ਆ ਇਹ ਗੱਲ ਆ ਇਹਨਾਂ ਤੁਹਾਡੇ ਨੂੰ ਮੰਨਣੋਂ ਇੰਨਾ ਮਜ਼ਬੂਤ ਕਰ ਦਿੰਨਾ ਤੁਹਾਨੂੰ ਦੁੱਖ ਦੁੱਖਾਂ ਵਰਗੇ ਨਹੀਂ ਲੱਗਣੇ ਇਹ ਗੱਲ ਝੂਠੀ ਆ ਵੀ ਸਿੱਧੇ ਮਿਟ ਜਾਣਗੇ ਮਿਟਨੇ ਕਿਸਦੇ ਨਹੀਂ ਆ ਸੰਤ ਮਹਾਪੁਰਸ਼ਾਂ ਨੇ ਸਰੀਰ ਤੇ ਦੁੱਖ ਭੋਗੇ ਆ ਜਿੰਨਾ ਗੁਰਬਾਣੀ ਲਿਖੀ ਆ ਉਹਨਾਂ ਦੇ ਮਨ ਦੀ ਮਜ਼ਬੂਤੀ ਬੜੀ ਸੀ ਇਹ ਕਰਕੇ ਇਹ ਗੁਰਬਾਣੀ ਮਨ ਦੀ ਮਜ਼ਬੂਤੀ ਦਿੰਦੀ ਆ ਪੜਨਾ ਜ਼ਰੂਰ ਚਾਹੀਦਾ ਵਾ ਹਰ ਕਿਸੇ ਨੂੰ ਇਹ ਤੁਹਾਨੂੰ ਵੀ ਜਦੋਂ ਪੜਾਂਗੇ ਨਾ ਜਦੋਂ ਹੀ ਪੜ੍ਹਨੀ ਸ਼ੁਰੂ ਕਰਤੀ ਸਮਝ ਆਉਣੀ ਸਾਨੂੰ ਵੀ ਸ਼ੁਰੂ ਹੋ ਜਾਣੀ ਆ ਕਰਕੇ ਜ਼ਰੂਰ ਪੜੋ ਹੋਈਆ ਭੁੱਲੋ ਚੱਕਾਉਣ ਦੀ ਮਾਫੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ